ਤਸਵੀਰਾਂ ਤੁਹਾਡੇ ਸਾਹਮਣੇ ਨੇ। ਹਾਲਾਂਕਿ ਅੱਜ 2 ਤਰੀਕ ਦਾ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀਗਾ, ਕਿਉਂਕਿ ਅੱਜ ਵੈਸਟਰਨ ਡਿਸਟਰਬੈਂਸ ਕਰਕੇ ਤੇ ਮੌਨਸੂਨ ਵੀ ਐਕਟਿਵ ਹੈ, ਜਿਸ ਕਰਕੇ ਪੰਜਾਬ ਦੇ ਚੰਡੀਗੜ੍ਹ, ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੌਸਮ ਦਾ ਜਿਹੜਾ ਅਲਰਟ ਜਾਰੀ ਕੀਤਾ ਗਿਆ ਸੀ। ਤਸਵੀਰਾਂ ਤੁਸੀਂ ਵੇਖੋ ਕਿ ਇਹ 11 ਫੇਜ਼ ਮੋਹਾਲੀ ਦੀ ਤਸਵੀਰਾਂ ਨੇ, ਜਿੱਥੇ ਪਾਣੀ ਜਿਹੜਾ ਹੈ, ਵਾਟਰ ਲੋਗਿੰਗ ਦੀ ਕਾਫੀ ਦਿੱਕਤ ਜਿਹੜੀ ਹੈਗੀ ਹੈ, ਬਿਲਕੁਲ ਨਾਲ ਹੀ ਰੈਸੀਡੈਂਸ ਏਰੀਆ ਜਿੱਥੇ ਘਰਾਂ ਦੇ ਵਿੱਚ ਵੀ ਪਾਣੀ ਜਿਹੜਾ ਉਹ ਵੜ ਚੁੱਕਾ ਹੈ, ਜਿਹੜੀ ਜਾਣਕਾਰੀ ਹੁਣ ਤੱਕ ਮਿਲੀ ਹੈ। ਲੇਕਿਨ ਤੁਸੀਂ ਦੇਖੋ ਕਿ ਇਹ ਸੜਕ ਹੈ 11 ਫੇਜ਼ ਦੀ, ਇਹ ਜਿਹੜਾ ਰੋਡ ਹੈ ਜਿੱਥੇ ਇੰਨਾ ਜ਼ਿਆਦਾ ਪਾਣੀ ਹੈ ਕਿ ਲੋਕਾਂ ਦੀ ਜਿਹੜੀ ਗੱਡੀਆਂ ਹੈ, ਕਿਉਂਕਿ ਸਵੇਰ ਦਾ ਸਮਾਂ ਹੈ, ਕਿਸੇ ਨੇ ਡਿਊਟੀ ਜਾਣਾ ਹੈ, ਕਿਸੇ ਨੇ ਸਕੂਲ ਜਾਣਾ ਹੈ, ਕਿਸੇ ਬੱਚਿਆਂ ਨੇ, ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਪੂਰਾ ਰੋਡ ਜਿਹੜਾ ਉਹ ਵਾਟਰ ਲੋਗਿੰਗ ਕਰਕੇ ਬੰਦ ਹੋ ਚੁੱਕਿਆ। ਹੁਣ ਤਸਵੀਰਾਂ ਤੁਸੀਂ ਵੇਖੋ, ਲੋਕਾਂ ਦੀ ਗੱਡੀਆਂ ਵੀ ਖਰਾਬ ਹੋ ਚੁੱਕੀ ਹੈ, ਜੋ ਕਿ ਆਪਣੀ ਗੱਡੀਆਂ ਨੂੰ ਪੈਦਲ ਹੀ ਤੋੜਦੇ ਨਜ਼ਰ ਆ ਰਹੇ ਨੇ। ਕਈ ਲੋਕਾਂ ਦੀ ਗੱਡੀਆਂ ਖਤਮ ਹੋ ਚੁੱਕੀ ਹੈ, ਖਰਾਬ ਹੋ ਚੁੱਕੀ ਹੈ, ਡੈਮੇਜ, ਕਿਉਂਕਿ ਪਾਣੀ ਭਰ ਚੁੱਕਿਆ ਹੈ। ਕਈ ਲੋਕ ਸੜਕਾਂ ਤੇ ਖੜੇ ਨੇ। ਹਾਲਾਂਕਿ ਇੱਥੇ ਨਗਰ ਨਿਗਮ ਦੀ ਟੀਮ ਜ਼ਰੂਰ ਪਹੁੰਚੀ ਹੋਈ ਹੈ, ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਹ ਵਾਟਰ ਲੋਗਿੰਗ ਜਿਹੜੀ ਹੈ ਖਤਮ ਕੀਤੀ ਜਾਵੇ। ਲੇਕਿਨ ਪਾਣੀ ਜ਼ਿਆਦਾ ਹੋਣ ਕਰਕੇ ਇਹ ਵਾਟਰ ਲੋਗਿੰਗ ਜਿਹੜਾ ਹੈਗਾ ਉਹ ਨਹੀਂ ਖਤਮ ਹੋ ਰਿਹਾ। ਹਾਲਾਂਕਿ ਹਜੇ ਫਿਲਹਾਲ ਬਰਸਾਤ ਰੁਕੀ ਹੋਈ ਹੈ, ਥੋੜ੍ਹੀ ਦੇਰ ਪਹਿਲਾਂ ਹੀ ਬਰਸਾਤ ਥੋੜ੍ਹੀ ਰੁਕੀ ਹੈ, ਲੇਕਿਨ ਬਰਸਾਤ ਲਗਾਤਾਰ ਹੋਣ ਕਰਕੇ ਵਾਟਰ ਲੋਗਿੰਗ ਦੀ ਜਿਹੜੀ ਦਿੱਕਤ ਹੈ ਉਹ ਕਿਤੇ ਨਾ ਕਿਤੇ ਹਰ ਵਾਰ ਜਿਹੜੀ ਹੈ ਇਸ ਤਰ੍ਹਾਂ ਦੀ ਦਿੱਕਤਾਂ ਸਾਹਮਣੇ ਆਉਂਦੀ, ਜਿਸ ਨੂੰ ਲੈ ਕੇ ਲੋਕ ਵੀ ਕਾਫੀ ਪਰੇਸ਼ਾਨ ਹੁੰਦੇ ਆ। ਇੱਥੇ ਦੇ ਜਿਹੜੇ ਰੈਸੀਡੈਂਟਸ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲਾਂਗੇ ਸਰਬਜੋਤ, ਕਿਉਂਕਿ ਬਹੁਤ ਸਾਰੀ ਚੀਜ਼ਾਂ ਨੇ ਸਰ, ਕਿਉਂਕਿ ਇੱਥੇ ਦੇ ਜਿਹੜੇ ਰੈਸੀਡੈਂਟਸ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਰ, ਲਗਾਤਾਰ ਇਸ ਤਰ੍ਹਾਂ ਦੀ ਦਿੱਕਤਾਂ ਆਉਂਦੀਆਂ, ਕਿਉਂਕਿ ਰੈਸੀਡੈਂਸ ਏਰੀਆ ਵੀ ਬਿਲਕੁਲ ਨਾਲ ਹੀ ਹੈ ਸਰ। ਹਰ ਵਾਰ ਬਾਰਿਸ਼ਾਂ ਦੇ ਵਿੱਚ ਇਹੀ ਹਾਲ ਹੁੰਦਾ ਜੀ, 11 ਫੇਜ਼ ਬਹੁਤ ਬੁਰਾ ਹਾਲ ਹੈ, ਤੁਹਾਡੇ ਸਾਹਮਣੇ ਹੀ ਹੈ ਕਿ ਕਿਸ ਤਰ੍ਹਾਂ ਗੱਡੀਆਂ ਫਸੀਆਂ ਹੋਈਆਂ, ਔਰ ਅਗਰ ਤੁਸੀਂ ਅੰਦਰ ਕੁਆਟਰਾਂ ਦੇ ਵਿੱਚ ਜਾ ਕੇ ਦੇਖੋ ਉੱਥੇ ਵੀ ਕਿੰਨਾ ਕਿੰਨਾ ਪਾਣੀ ਖੜਾ ਹੈ, ਠੀਕ ਹੈ, ਔਰ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਬੜੇ ਹੁੰਦਾ ਜੀ। ਨਗਰ ਨਿਗਮ ਦੀ ਟੀਮ ਜਾਂ ਪ੍ਰਸ਼ਾਸਨ ਦੀ ਟੀਮ ਕੋਈ, ਕਿਉਂਕਿ ਜਿੱਦਾਂ ਤੁਸੀਂ ਪਹਿਲਾਂ ਵੀ ਸ਼ਿਕਾਇਤਾਂ ਕਰਦੇ ਰਹੇ ਹੋ, ਤੁਸੀਂ ਕਾਫੀ ਪ੍ਰੋਟੈਸਟ ਵੀ ਕੀਤਾ ਹੈ, ਲੇਕਿਨ ਇਹਦਾ ਕੋਈ ਹੱਲ ਨਹੀਂ ਨਿਕਲਿਆ ਸਰ, ਤੁਹਾਡੇ ਸਾਹਮਣੇ ਹੀ ਹੈ ਜੀ, ਥੋੜੀ ਜਿਹੀ ਬਰਸਾਤ ਕਰਕੇ ਉਸ ਤੋਂ ਬਾਅਦ ਇੱਦਾਂ ਦੀ ਹੁੰਦੀ ਹੈ, ਹਾਂਜੀ, ਤੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਹਾਂਜੀ ਸਰ, ਹਰ ਵਾਰ ਇਹੀ ਹਾਲ ਹੈ, ਹਰ ਵਾਰ ਇਹੀ ਹਾਲ ਹੈ। ਤੇ ਸਰਬਜੋਤ, ਕਿਉਂਕਿ ਰੈਸੀਡੈਂਟਸ ਨੇ ਉਹਨਾਂ ਦਾ ਕਹਿਣਾ ਹੈ ਕਿ ਹਰ ਵਾਰ ਦਾ ਇਹੀ ਹਾਲ ਹੈ, ਤੇ ਰੈਸੀਡੈਂਟਸ ਤੇ ਜਿਹੜੇ ਨੇ ਉਹਨਾਂ ਦੇ ਘਰ ਦੇ ਵਿੱਚ ਪਾਣੀ ਵੜ ਜਾਂਦਾ ਹੈ, ਔਰ ਥੋੜੀ ਜਿਹੀ ਬਰਸਾਤ ਕਰਕੇ ਤੁਸੀਂ ਤਸਵੀਰਾਂ ਤੇ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਇਸ ਵੇਲੇ ਬਣੇ ਹੋਏ ਨੇ, ਕਿਉਂਕਿ ਬਿਲਕੁਲ ਪੂਰਾ ਰੋਡ ਜਿਹੜਾ ਹੈ ਉਹ ਬੰਦ ਹੋ ਚੁੱਕਿਆ ਹੈ, ਔਰ ਕੋਈ ਆਵਾਜਾਈ, ਕਿਉਂਕਿ ਹੁਣ ਨਹੀਂ ਇੱਥੇ ਗੱਡੀਆਂ, ਜੇਕਰ ਤੁਸੀਂ ਅੰਦਰ ਵਾੜ ਦਿਓ ਤਾਂ ਇਹੀ ਹਾਲ ਹੋਏਗਾ, ਜਿਹੜਾ ਇਹ ਭਰਾ ਜੀ ਗੱਡੀ ਲੈ ਕੇ ਆ ਰਹੇ ਹੈ, ਕਿਉਂਕਿ ਇਹਨਾਂ ਦੀ ਗੱਡੀ ਇਹਨਾਂ ਨੇ ਅੰਦਰ ਵਾੜੀ ਤਾਂ ਇਹਨਾਂ ਦੀ ਗੱਡੀ ਬੰਦ ਹੋ ਗਈ, ਤਾਂ ਇਹ ਰਿਸਕ ਵੀ ਜਿਹੜਾ ਹੈਗਾ ਉਹ ਨਹੀਂ ਲੈਣਾ ਚਾਹੀਦਾ, ਕਿਉਂਕਿ ਪਾਣੀ ਦਾ ਜਿਹੜਾ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਕਿ ਡੀਪਲੀ ਹੈ, ਜਿਸ ਕਰਕੇ ਗੱਡੀਆਂ ਜਿਹੜੀਆਂ ਉਹ ਬੰਦ ਹੋ ਚੁੱਕੀ। ਹੁਣ ਤਸਵੀਰਾਂ ਤੁਸੀਂ ਵੇਖੋ, ਇਹ ਗੱਡੀ ਜਿਹੜੀ ਹੈ ਭਾਜੀ ਬੰਦ ਹੋ ਗਈ, ਭਾਜੀ ਨਿਕਾਸੀ ਹੋ ਨਹੀਂ ਹੈ, ਕੀ ਕਰੀਏ, ਕਿਹਦੇ ਨੂੰ ਨਿਕਾਸੀ ਨਹੀਂ ਹੈ, ਤੇ ਇਹੀ ਦਿੱਕਤ ਹੈ ਕਿ ਨਿਕਾਸੀ ਜਿਹੜੀ ਹੈ ਉਹ ਨਾ ਹੋਣ ਕਰਕੇ ਜਿਹੜੀ ਲੋਕਾਂ ਨੂੰ ਕਾਫੀ ਸਰਬ ਜੋ ਦਿੱਕਤਾਂ ਅੱਜ ਪੇਸ਼ ਆ ਰਹੀ ਹੈ, ਜਿਸ ਕਰਕੇ ਗੱਡੀਆਂ ਜਿਹੜੀਆਂ ਇੱਥੇ ਰੋਕ ਚੁੱਕੀ ਹੈ, ਆਵਾਜਾਈ ਜਿਹੜੀ ਹੈ ਗੱਡੀਆਂ ਦੀ, ਯਾਨੀ ਲੋਕਾਂ ਦੀ ਜਿਹੜੀ ਆਵਾਜਾਈ ਹੈ ਉਹ ਵੀ ਹੋ ਚੁੱਕੀ ਹੈ। ਹਾਲਾਂਕਿ ਰਿਸਕ ਹੈ, ਬਹੁਤ ਵੱਡਾ ਰਿਸਕ ਹੈ, ਜੇਕਰ ਤੁਸੀਂ ਡੀਪਲੀ ਦੇਖੋ, ਤੁਸੀਂ ਜਿਹੜਾ ਬਾਈਕ ਸਵਾਰ ਹੈ ਉਹਨੇ ਕੋਸ਼ਿਸ਼ ਕੀਤੀ ਸੀ ਲੇਕਿਨ ਉਹ ਵਿੱਚ ਫਸ ਚੁੱਕਾ ਹੈ, ਔਰ ਗੱਡੀਆਂ ਜਿਹੜੀਆਂ ਪਿੱਛੋਂ ਆ ਰਹੀਆਂ ਉਹ ਵੀ ਆਪਣੇ ਰਿਸਕ ਤੇ ਹੀ ਆ ਰਹੀਆਂ, ਜੇਕਰ ਕੋਈ ਫਸ ਜਾਂਦਾ ਹੈ ਤਾਂ ਉਹਦੀ ਗੱਡੀ ਜਿਹੜੀ ਹੈ ਉਹ ਖਰਾਬ ਹੋ ਸਕਦੀ ਹੈ, ਪਾਣੀ ਚੱਲ ਜਾਏਗਾ ਗੱਡੀ 'ਚ। ਤੇ ਤਸਵੀਰਾਂ ਆਪਣੇ ਆਪ 'ਚ ਬਿਆਨ ਕਰਦੀ ਹੈ ਕਿ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਪ੍ਰਸ਼ਾਸਨ ਵੱਲੋਂ, ਦਾਅਵੇ ਕੀਤੇ ਜਾਂਦੇ ਨੇ ਨਗਰ ਨਿਗਮ ਵੱਲੋਂ ਕਿ ਵਾਟਰ ਲੋਗਿੰਗ ਦੀ ਜਿਹੜੀ ਹੈ ਦਿੱਕਤਾਂ ਨਹੀਂ ਹੈਗੀ ਹੈ, ਜਾਂ ਫਿਰ ਲਗਾਤਾਰ ਅਰੇਂਜਮੈਂਟਸ ਕੀਤੇ ਨੇ। ਹੁਣ ਤੁਸੀਂ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਦੇ ਹਾਲਾਤ ਇੱਥੇ, ਲੋਕ ਫਸਦੇ ਨਜ਼ਰ ਆ ਰਹੇ ਨੇ, ਗੱਡੀਆਂ ਜਿਹੜੀਆਂ ਉਹ, ਕਿਉਂਕਿ ਬਹੁਤ ਸਾਰੀ ਦਿੱਕਤਾਂ ਜਿਹੜੀਆਂ ਬਰਸਾਤ ਇੱਕਦਮ ਜ਼ਿਆਦਾ ਹੁੰਦੀ ਹੈ ਤਾਂ ਇਸ ਤਰ੍ਹਾਂ ਦੀ ਜਿਹੜੀ ਦਿੱਕਤ ਹੈ ਉਹ ਲਗਾਤਾਰ ਪੇਸ਼ ਆ ਰਹੀ ਹੈ, ਔਰ ਇਹ ਪਹਿਲੀ ਵਾਰੀ ਨਹੀਂ ਹੈ, ਕਿਉਂਕਿ ਜਿਹੜੇ ਰੈਸੀਡੈਂਟਸ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇਹ ਪਹਿਲੀ ਵਾਰੀ ਨਹੀਂ ਹੈ, ਇਸ ਤੋਂ ਪਹਿਲਾਂ ਵੀ
ਇਸ ਤਰ੍ਹਾਂ ਦੀ ਦਿੱਕਤਾਂ ਜ਼ਰੂਰ ਸਾਹਮਣੇ ਆਈ ਹੈ, ਪੇਸ਼ ਆਈ ਹੈ ਕਿ ਲੋਕਾਂ ਦੀ ਗੱਡੀਆਂ ਖਰਾਬ ਹੋ ਗਈ ਜਾਂ ਫਿਰ ਵਾਟਰ ਲੌਗਿੰਗ ਕਰਕੇ ਕਈ ਜਿਹੜੀ ਹੈਗੀ ਹੈ ਪਰੇਸ਼ਾਨੀਆਂ, ਕਿਉਂਕਿ ਜਿੰਨਾ ਵੀ ਪਾਣੀ ਹੈ ਸਾਰਾ ਰੈਸੀਡੈਂਸ ਏਰੀਆ ਦੇ ਵਿੱਚ ਵੀ ਵੜ ਰਿਹਾ, ਜਿਸ ਕਰਕੇ ਲਗਾਤਾਰ ਲੋਕਾਂ ਨੂੰ ਜਿਹੜੀ ਦਿੱਕਤਾਂ ਸਾਹਮਣੇ ਆ ਰਹੀ ਹੈ। ਅਤੇ ਤਸਵੀਰਾਂ ਇਹ 11 ਫੇਜ਼ ਦੀ ਤਸਵੀਰਾਂ ਨੇ ਜਿੱਥੇ ਇਹ ਪੂਰਾ ਵਾਟਰ ਲੌਗਿੰਗ ਕਰਕੇ ਬਹੁਤ ਸਾਰੀ ਦਿੱਕਤਾਂ ਜਿਹੜੀ ਹੈ ਉਹ ਪੇਸ਼ ਆ ਰਹੀ ਹੈ। ਤਾਂ ਇੱਥੇ ਦਾ ਪੂਰਾ ਰੋਡ ਜਿਹੜਾ ਉਹ ਬੰਦ ਹੋ ਚੁੱਕਾ ਹੈ, ਯਾਨੀ ਆਵਾਜਾਈ ਜਿਹੜੀ ਹੈ ਉਹ ਬੰਦ ਹੋ ਚੁੱਕੀ ਹੈ ਇੱਥੇ ਪੂਰਾ। ਹਾਲਾਂਕਿ ਇੱਥੇ ਪੁਲਿਸ ਵੀ ਲਾ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਕਹਿ ਸਕਦੇ ਕਿ ਫਿਲਹਾਲ ਹਜੇ ਵਾਟਰ ਲੌਗਿੰਗ ਨਹੀਂ ਨਿਕਲ ਰਿਹਾ, ਯਾਨੀ ਕਿ ਜਿਹੜਾ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਹੋਇਆ ਅੱਗੇ ਜਾ ਕੇ ਇਹਨਾਂ ਸੀਵਰੇਜ ਜਿਹੜਾ ਖੋਲਣ ਦੀ ਕੋਸ਼ਿਸ਼ ਕਰ ਰਹੇ, ਲੇਕਿਨ ਫਿਲਹਾਲ ਕੋਈ ਫਾਇਦਾ ਨਹੀਂ ਨਜ਼ਰ ਆ ਰਿਹਾ, ਕਿਉਂਕਿ ਪੂਰੀ ਸੜਕ ਕਹਿ ਸਕਦੀ ਅੱਗੇ ਤੱਕ ਪੂਰੀ ਜਿਹੜੀ ਰੋਡ ਹੈ ਉਹ ਵਾਟਰ ਲੌਗਿੰਗ ਕਰਕੇ ਬੰਦ ਹੈ।